ਹਾਂਜੀ ਬਾਬੂ ਯਾਰ ਉਹ ਜਿਹੜਾ ਅਸਲਾ ਪਿਆ ਹੈ ਨਾ, ਉਹਦੇ ਵਿੱਚ ਜਿਹੜਾ ਨਾ ਬੇਕਾਰ ਅਸਲਾ ਉਹ ਗਰੀਬਾਂ ਨੂੰ ਦੇ ਦੇ, ਤੇ ਜਿਹੜੇ ਕਲੈਸ਼ਨਾਂ ਨੇ ਉਹ ਵੇਚ ਦੇ। ਇਹਨਾਂ ਨੂੰ ਦੇ ਦਿਆ ਮੁਲਾਜ਼ਮਾਂ ਨੂੰ? ਹਾਂ ਇਹਨਾਂ ਨੂੰ ਦੇ ਦੇ, ਬਾਕੀ ਸਾਰਿਆਂ ਨੂੰ ਕੋਈ ਗਰੀਬਾਂ ਗਰੂਬਾਂ ਨੂੰ ਦੇ ਦੇ। ਚਲ ਠੀਕ ਹੈ। ਤੇ ਬਾਕੀ ਜਿਹੜਾ ਅਸਲਾ ਹੈ ਉਹ ਖਾਨ ਸਾਹਿਬ ਦਾ ਫੋਨ ਆ ਗਿਆ। ਹੈਲੋ ਜੀ ਖਾਨ ਸਾਹਿਬ, ਕੀ ਹਾਲ ਹੈ ਆਪਕਾ? ਠੀਕ ਹੈ ਔਰ ਸੁਣਾਏ ਯਾਰ, ਜੋ ਆਪ ਅਸਲਾ ਭੇਜ ਰਹੇ ਹੈ ਨਾ ਉਹ ਅੱਛਾ ਕੁਆਲਿਟੀ ਵਾਲਾ ਅਸਲਾ ਹੋ। ਆਪਨੇ ਜੋ ਪਹਿਲੇ ਵੀ ਭੇਜਿਆ ਤਾਂ ਉਹ ਜਲਦੀ ਖਰਾਬ ਹੋ ਗਿਆ, ਇਸ ਲਈ ਹਮੇ ਇਸ ਦਫ਼ਾ ਆਪਨੇ ਅੱਛਾ ਮਾਲ ਦੇਣਾ ਹੈ। ਠੀਕ ਹੈ ਨਾ, ਆਰਡਰ ਅੱਛਾ ਹੋਗਾ ਤਾਂ ਆਪ ਹਮ ਪੈਸੇ ਵੀ ਪੂਰੇ ਦੇਂਗੇ। ਤੋ ਲਿਹਾਜ਼ਾ ਚਲੋ ਠੀਕ ਹੈ ਖਾਨ ਸਾਹਿਬ, ਆਪਣਾ ਆਰਡਰ ਭੇਜ ਦੇ ਆਪ। ਸਲਾਮੁਅਲੈਕਮ ਜੀ। ਵਾਲੇਕੁਮ ਸਲਾਮ। ਕੀ ਹਾਲ ਨੇ? ਅਸੀਂ ਪਾਣਾ ਤੁਹਾਡੇ ਸਾਹਮਣੇ ਮਕਾਨ ਲਿਆ ਨਾਲ ਹੀ। ਅੱਛਾ 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 ਅੱਛਾ, ਬਿੱਟੂ ਵਾਲਾ ਮਕਾਨ ਤੁਸੀਂ ਲਿਆ? ਹਾਂਜੀ ਹਾਂਜੀ। ਉਹ ਅਸ਼ਰਫ ਦਾ ਹੈ, ਅਸ਼ਰਫ ਵਾਲਾ ਹੈ? ਨਹੀਂ ਨਹੀਂ ਯਾਰ, ਬਿੱਟੂ ਵਾਲਾ, ਬਿੱਟੂ ਵਾਲਾ। ਹਾਂਜੀ ਹੋਰ ਬਹਿਣ, ਕੋਈ ਸਾਡੇ ਲੈ ਨਾ ਕੋਈ ਚੀਜ਼ ਜ਼ਰੂਰਤ ਹੋਏ, ਕਿਸੇ ਚੀਜ਼ ਦੀ ਜ਼ਰੂਰਤ ਹੋਏ ਤੁਸੀਂ ਸਾਨੂੰ ਨਹੀਂ ਕਹਿਣਾ। ਠੀਕ ਹੈ ਨਾ, ਪਾਣੀ ਪੂਣੀ ਪੀਣਾ ਤਾਂ ਲੈ ਆਓ। ਅੱਛੀ ਇੱਜ਼ਤ ਤੁਹਾਨੂੰ ਤੁਹਾਡੀ ਕਰਾਂਗੇ, ਤੁਹਾਡੀ ਰਿਸਪੈਕਟ ਸਾਡੇ ਦਿਲ ਵਿੱਚ ਹੈ ਨਾ। ਮਾਸ਼ਾਅੱਲਾ, ਬੜੀ ਮੈਨੂੰ ਕਰੋ, ਬੜੀ ਮੈਨੂੰ ਖੁਸ਼ੀ ਹੋਈ ਜੀ ਕਿ ਤੁਹਾਡੇ ਤਰ੍ਹਾਂ ਦੇ ਹਮਸਾਏ ਮੈਨੂੰ ਮਿਲੇ ਨੇ, ਤੇ ਮਾਸ਼ਾਅੱਲਾ ਬੜੀ ਵੱਡੀ ਗੱਲ ਹੈ ਜੀ। ਸ਼ੁਕਰੀਆ 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 ਜੀ, ਆਪ ਸ਼ੁਕਰੀਆ। ਬਹੁਤ ਅੱਛੇ ਬੰਦੇ ਹੋ ਤੁਸੀਂ। ਆਪਣੇ ਇਸ ਆਪਣਾ ਇਸ ਇਸਮੇ ਗ੍ਰਾਮੀ ਕੀ ਹੈ ਜੀ, ਨਾਮ ਕੀ ਆਪਣਾ? ਮੇਰਾ ਨਾਮ ਜੀ ਸਮੀ ਜੀ। ਮਾਸ਼ਾਅੱਲਾ ਬੜੇ ਖੁਸ਼ੀ ਹੋਈ ਤੁਹਾਨੂੰ ਮਿਲ ਕੇ, ਤੁਹਾਡਾ اخلاق ਵੀ ਅੱਛਾ ਹੈ ਮਾਸ਼ਾਅੱਲਾ। ਤੋਰ ਕੋ ਸਾਡੇ ਲੈਕ ਤੁਸੀਂ ਹੁਕਮ ਨਾ ਕਰੋ। ਜੀ ਨਾ, ਮੈਨੂੰ ਤਾਂ ਬੜੀ ਖੁਸ਼ੀ ਹੋਈ ਹੈ, ਮੈਨੂੰ ਤੁਹਾਡੇ ਵਰਗੇ ਹਮਸਾਏ ਮਿਲੇ, ਅੱਲਾ ਦੀ ਜ਼ਾਤ ਨੇ ਦਿੱਤੇ ਨੇ ਜੀ, ਇਹ ਬੜੀ ਵੱਡੀ ਗੱਲ ਹੈ ਜੀ। ਔਰ ਇਹ ਵੀ ਮਜ਼ੇਦਾਰ ਵਾਲੀ ਗੱਲ ਹੈ ਕਿ ਦਿਸਮੀਦਾਰ ਬੰਦੇ ਹੋ ਤੁਸੀਂ। ਹਾਂ ਬਾਬਾ, ਬੜੀ ਵੱਡੀ ਗੱਲ ਹੈ ਜੀ ਤੁਹਾਡਾ, ਮੈਨੂੰ ਤਾਂ ਬੜੀ ਖੁਸ਼ੀ ਹੋਈ ਜੀ। ਬਾਜੀ ਉਹ ਕੁਝ ਪੰਗੇ ਪਏ ਹੋਏ ਸੀ ਦੁਸ਼ਮਣਾਂ ਨਾਲ, ਤੇ ਕੋਈ ਆਰਡਰ ਦਿੱਤਾ ਸੀ ਅਸਲੇ ਦਾ, ਉਹ ਆ ਰਿਹਾ। ਕੋ ਕੋ ਕਲੈਸ਼ਨਾਂ ਨੇ, ਕੋ 50-60 ਕੋ 5-6 ਪਿਸਤੌਲ ਨੇ ਪਾਣੀ ਵਾਲੇ ਵਿੱਚ ਮੰਗਾਏ। ਬੱਚੇ ਯਾਰ, ਦੁਸ਼ਮਣਾਂ ਦੇ ਬੱਚੇ ਫਿਰ ਦੁਸ਼ਮਣ ਹੀ ਬਣਦੇ ਨੇ। ਬਿਲਕੁਲ ਜੀ ਬਿਲਕੁਲ, ਉਹ ਇਸ ਲਈ ਫਿਰ ਪਾਣੀ ਵਾਲੇ ਵੀ ਮੰਗਾਏ। ਬਿਲਕੁਲ ਹਾਂ, ਵੀ ਪਹਿਲੇ ਟ੍ਰੇਨਿੰਗ ਕਰ ਲੈਣਗੇ ਪਾਣੀ ਵਾਲਿਆਂ ਤੇ ਫਿਰ ਵੱਡਿਆਂ ਤੇ ਕਲੈਸ਼ਨਾਂ। ਐਵੇਂ ਸਿੱਧੇ ਮਾਂ ਪਿਓ ਨੂੰ ਨਾ ਕਰੀ ਖਲੇ, ਉਹ ਨਿੱਕੇ ਹੁੰਦੇ ਹੀ। ਬਿਲਕੁਲ ਜੀ ਬਿਲਕੁਲ। ਹਾਂ ਹੋਰ ਤੁਸੀਂ ਦੱਸੋ, ਤੁਸੀਂ ਤੁਹਾਡਾ ਕੀ ਕੰਮ ਕਾਰ ਹੈ, ਕੀ ਕਰਦੇ ਹੋ ਤੁਸੀਂ ਜਨਾਬ? ਕੁਛ ਨੀ ਜੀ, ਬਸ ਪਿੰਡ 'ਚ ਜ਼ਿਮੀਦਾਰਾ ਕਰੀਦਾ ਸੀ। ਹਾਂਜੀ ਹਾਂਜੀ। ਤੇ ਬਸ ਉੱਥੋਂ ਕੁਛ ਮਜਬੂਰੀਆਂ ਨੇ ਧੱਕੇ ਮਾਰ ਕੇ ਤੇ ਬਾਹਰ ਕੱਢ ਦਿੱਤਾ। ਬਸ ਇੱਕ ਛੋਟੀ ਜਿਹੀ ਗਲਤੀ ਹੋ ਗਈ ਸੀ ਮੇਰੇ ਕੋਲੋਂ, ਉਹਦੀ ਵਜ੍ਹਾ ਤੋਂ ਫਿਰ ਜੀ ਇੱਥੇ ਤੁਹਾਨੂੰ ਕਾੜੇ ਆਉਣਾ ਪਿਆ। ਤੇ ਬੜੀ ਗੱਲ ਹੈ ਜੀ, ਤੁਸੀਂ ਅੱਗੇ ਗੱਲ ਕਰ ਰਹੇ ਸੀ ਕਿ ਤੁਹਾਡੀ ਗਲੀ 'ਚ ਨਾ ਪੁਲਿਸ ਆਉਂਦੀ ਹੈ। ਨਾ 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 ਜੀ, ਆਪਣਾ ਨਾਮ ਹੈ ਪੁਲਿਸ ਦੀ ਕੀ ਮਜਾਲ ਆਪਣੀ ਗਲੀ ਵਿੱਚ ਆ ਗਿਆ। ਇਹ ਤੁਸੀਂ ਬਾਈ ਠੇਕੇ ਤੇ ਗੜਦੇ ਰਹੇ ਕਿ ਆਦੀ ਪੈੜੀ ਸੀ? ਨਹੀਂ, ਉਹ ਆਦੀ ਪੈੜੀ ਸੀ, ਹੁਣ ਤੇ ਜੀ ਉਹਨਾਂ ਨੇ ਦੱਬ ਲਈ। ਅੱਛਾ, ਹੁਣ ਅਸੀਂ ਸਾਡੀ ਉਹ ਕਿੱਥੇ ਰਹਿ ਗਈ? ਬਸ ਛੋਟੀ ਜਿਹੀ ਗਲਤੀ ਤੋਂ ਵਜ੍ਹਾ ਤੋਂ ਅੱਜ ਇੱਥੇ ਆ ਕੇ ਪਹੁੰਚਾਂ, ਸੜਕਾਂ ਧੱਕੇ ਖਾ ਰਹੇ ਹਾਂ। ਹਾਂਜੀ ਹਾਂਜੀ। ਬਸ ਜੀ, ਗਲਤੀਆਂ ਬੰਦੇ ਹੋ ਜਾਂਦੀਆਂ ਨੇ। ਮੁਰਗਾ ਜੀ ਅੱਸੀ ਗੁਜ਼ਰ ਰਹੀ ਹੈ ਨਾ, ਮਤਲਬ ਕੰਮ ਹੁਣ ਕੀ ਕਰ ਰਹੇ ਹੋ, ਹੁਣ ਕੀ ਕੰਮ ਕਰ ਰਹੇ ਹੋ ਅੱਜ ਕੱਲ? ਕੁਛ ਨਹੀਂ ਜੀ, ਬਸ ਉਹ ਤੁਹਾਨੂੰ ਗਲਤੀ ਦੱਸ ਰਹੇ ਹਾਂ, ਛੋਟੀ ਜੀ ਗਲਤੀ ਹੋ ਗਈ ਸੀ। ਅੱਛਾ ਅੱਛਾ। ਮੈਨੂੰ ਮੇਰੇ ਕੋ 10 ਕੁ ਬੰਦੇ ਮਾਰ ਗਏ ਸਨ। ਓਏ, ਛੋਟੀ ਗਲਤੀ? ਨਹੀਂ ਜੀ, ਬਸ ਤੁਸੀਂ ਤਾਂ ਸਾਡੇ ਕੋਲ ਦੋ ਹੱਥ ਗਾਂ ਨਿਕਲੇ ਜੇ। ਮੈਨੇ ਕੀ ਕਹਿ ਰਹੇ ਹੋ ਤੁਸੀਂ? ਨਹੀਂ ਭਾਈ, ਤੁਸੀਂ ਪਰੇਸ਼ਾਨ ਹੋ ਗਏ। ਨਹੀਂ ਯਾਰ, ਤੂੰ ਪਰੇਸ਼ਾਨ ਕਰਤਾ ਹੈ, 10 ਬੰਦੇ, 10 ਬੰਦੇ। ਇਹ ਛੋਟੀ ਜਿਹੀ ਗਲਤੀ ਹੋਈ ਸੀ ਬਸ ਜੀ, ਪਾਣੀ ਬੰਨਤੀ ਹੈ ਯਾਰ। ਇਹ ਛੋਟੀ ਗਲਤੀ ਬਸ ਜੀ, ਪਾਣੀ ਬੰਨਣ ਗਏ ਆ। ਅੱਛਾ ਯਾਰ, ਥੋੜਾ ਯਾਰ ਪਿਛਾ ਆ। ਪਾਣੀ ਬੰਨਣ ਗਏ ਆ ਤੇ ਬਸ ਜੀ ਕੀ ਕਰੀਏ, ਅੱਗੋ ਰਿਸ਼ਤੇਦਾਰ ਸੀ ਮੇਰਾ, ਪਾਣੀ ਲਾ ਰਿਹਾ ਸੀ। ਅੱਛਾ ਅੱਛਾ। ਤੇ 10 10 10 ਬੰਦੇ ਨਾ? ਹਾਂਜੀ ਹਾਂਜੀ, 10 ਯਾਰ। ਭਾਈ ਵੈਸੇ ਪਾਣੀ ਮੰਗਾ ਲਈ ਯਾਰ।
ਇਹ ਤਾਂ ਆਪਣੇ ਉਹ ਪਾਣੀ ਪਾਣ ਖੂਨ ਪੀਣ ਵਾਲਾ ਬੰਦਾ ਹੀ ਪਾਣੀ ਮੰਗਾ ਲਈਏ ਦੇ ਲਈਏ ਖੂਨ ਪੀਣ ਵਾਲਾ ਬੰਦਾ ਹੀ ਨਹੀਂ ਨਹੀਂ ਭਾਈ ਆ ਨਾ ਭਾਏ ਨਾ ਰਹਿਣ ਦੇ ਤੂੰ ਪਾਣੀ ਭਾਈ ਸਾਡੇ ਤੋਂ ਹੱਥ ਚੱਕੋ ਜਾਓ ਭਾਈ ਜਾਓ ਕਰ ਲਈ ਜਾਓ ਜਾਓ ਨਾ ਬਕਾ ਉਹ ਪਾਣ ਉਹਦੇ ਚੜੇਲਾ ਜੇ ਉਹਦੇ ਚੜੇਲਾ ਜੇ ਨਾ ਬਿਜਲੀ ਬਿਜਲੀ ਰਾਤ ਨੂੰ ਚੜੇਲਾ ਚਟਕੇ ਲਵਾਉਂਦੀਆਂ ਨਹੀਂ ਉਹ ਬਿਜਲੀ ਤੁਹਾਡੇ ਕੋਲ ਲੈ ਲਾਂਗੇ ਗੈਸ ਨਹੀਂ ਭਾਈ ਨਾ ਸਾਡੇ ਆ ਪਿੱਛੋਂ ਲਈ ਹੋਈ ਹੈ ਪਿੱਛੋਂ ਆ ਪਿੱਛੋਂ ਮੇਲੇ ਤੋਂ ਅਸੀਂ ਅਸਲਾ ਮੰਗਾਇਆ ਸੀ ਅਸਲੀ ਕੋਈ ਨੀ ਮੰਗਾਇਆ ਮੇਲੇ ਤੋਂ ਮੇਲੇ ਭੈਣ ਗੱਲ ਪਤਾ ਕੀ ਹੈ ਜੀ ਬਸ ਆ ਮੇਰੀ ਗੱਲ ਹੋਈ ਉਹਨਾਂ ਨਾਲ ਕੱਲ ਉਹਨਾਂ ਨੇ ਇਹ ਗੱਲ ਕੀਤੀ ਜੀ ਕਿ ਜਿੱਥੇ ਮਰਜ਼ੀ ਲੁਕ ਲਾ ਪਾੜੇ ਜਾ ਕੇ ਅਸੀਂ ਜਿਹੜਾ ਹੈ ਨਾ ਤੇਰੇ ਮਹੱਲੇ ਦੇ ਵਿੱਚ ਜਦੋਂ ਆਉਣਾ ਨਾ ਜੀ ਬੱਚਾ ਬੱਚਾ ਮਾਰ ਦੇਣਾ ਹਰ ਬੰਦਾ ਮਾਰ ਦੇਣਾ ਜਿਹੜੇ ਮਹੱਲੇ 'ਚ ਤੂੰ ਰਹਿਣਾ ਤੈਨੂੰ ਵੀ ਗਰਕਾ ਦੇਣਾ ਤੇ ਤੇਰੇ ਮਹੱਲੇ ਵਾਲਿਆਂ ਨੂੰ ਗਰਕਾ ਦੇਣਾ ਸਾਫ਼ ਕਿਰਾਏ ਦੇ ਮਕਾਨ ਤੇ ਆ ਸਾਡੇ ਤੋਂ ਹੱਥ ਚੱਕੋ ਅਸੀਂ ਆਪ ਕਿਰਾਏ ਦੇ ਮਕਾਨ ਤੇ ਆ ਸਾਫ਼ ਗਰੀਬ ਆ ਯਾਰ ਜਨਾਬ ਸੀਰੀਅਸ ਲੈ ਗਏ ਨਹੀਂ ਨਹੀਂ ਭਾਣ ਹੁਣ ਗੱਲ ਇਹ ਹੈ ਕਿ ਜਿਹੜਾ ਹੈ ਨਾ ਹੁਣ ਤੁਸੀਂ ਮੇਰਾ ਪੂਰਾ ਪੂਰਾ ਸਾਥ ਦੇਣਾ ਜਦੋਂ ਆਣਗੇ ਨਾ ਬੰਦੇ ਭਾਣ ਜਦੋਂ ਆਣਗੇ ਬੰਦੇ ਤੁਹਾਡਾ ਕੀ ਕੰਮ ਹੈ ਜੀ ਮੇਰੇ ਬੂਹੇ ਤੇ ਜਿੰਨੇ ਹੀ ਬੰਦੇ ਆਣ ਤੁਸੀਂ ਉੱਤੋਂ ਚੜ ਕੇ ਛਿੱਟੇ ਹੀ ਮਾਰ ਉਹ ਨਾ ਪਾਏ ਨਾ 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 ਸਾਡੇ ਕੋਲ ਨਹੀਂ ਕੋਈ ਸਾਡੀ ਇੰਨੀ ਪਸਤੀ ਨਹੀਂ ਹੈ ਜੀ ਅਸੀਂ ਤਾਂ ਪਾਣੀ ਵਾਲੇ ਪਸਤੋਲ ਦੀ ਗੱਲਾਂ ਕਰ ਰਹੇ ਸੀ ਗੱਲ ਐਵੇਂ ਪਾਗਲ ਲੈ ਕੇ ਮੰਗਵਾ ਰਹੇ ਬੱਚਿਆਂ ਵਾਸਤੇ ਨਾ ਪਾਏ ਰੋਟੀ ਸਾਡੀ ਪੂਰੀ ਨਹੀਂ ਛੋਟੇ ਛੋਟੇ ਸਾਡੇ ਮਾਂ ਪਿਓ ਨੇ ਤੇ ਤੂੰ ਪਾਗਲ ਹੈਗਾ ਨਹੀਂ ਨਹੀਂ ਭਾਣ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਉੱਤੋਂ ਖਲੋ ਕੇ ਬਸ ਛੱਟੇ ਹੀ ਮਾਰਨੇ ਨੇ ਛੱਟੇ ਪੈਣ ਮੋੜੇ ਪਾਣੀ ਦੇ ਮਾਰ ਸਕਨੇ ਆ ਅਸੀਂ ਬਸ ਅਸੀਂ ਪਾਣੀ ਦੇ ਛੱਟੇ ਮਾਰ ਸਕਨੇ ਤੁਸੀਂ ਤਾਂ ਸੀਰੀਅਸ ਲੈ ਕੇ ਤੁਸੀਂ ਸਾਨੂੰ ਵੀ ਤੁੰਨੀ ਜਾ ਰਹੇ ਹੋ ਆਪਦੇ ਕੰਮ ਦੇ ਵਿੱਚ ਨਹੀਂ ਨਹੀਂ ਪਾਣੀ ਦੁਸ਼ਮਣੀ ਤੁਹਾਡੀ ਲੜੀਏ ਅਸੀਂ ਵਾਹ ਜੀ ਵਾਹ ਮੇਰੇ ਤੋਂ ਗੱਲਾਂ ਲੁਕਾ ਰਹੇ ਹੋ ਤੁਸੀਂ ਏਡੇ ਵੱਡੇ ਨਹੀਂ ਪਾਣੀ ਸਾਨੂੰ ਪਤਾ ਹੁੰਦਾ ਤਾਂ ਅਸੀਂ ਤੁਹਾਨੂੰ ਬੂਹਾ ਹੀ ਨਹੀਂ ਖੋਲਣਾ ਸੀ ਪਤਾ ਹੁੰਦਾ ਸੀ ਬੂਹਾ ਹੀ ਨਹੀਂ ਖੋਲਣਾ ਸੀ ਨਹੀਂ ਨਹੀਂ ਪਾਣੀ ਤੁਸੀਂ ਉਹ ਚਾਲਿਆਂ ਨੂੰ ਛੱਡ ਕੇ ਆ ਚੱਲ ਕਿਹਨੂੰ ਲੈ ਕੇ ਆ ਇਹ ਹੱਥ ਨਾਲ ਲਾਈ ਗੱਲ ਪਤਾ ਕੀ ਹੈ ਗੱਲ ਇੱਥੇ ਮੁਕਦੀ ਹੈ ਤੁਸੀਂ ਅਗਰ ਮੇਰਾ ਸਾਥ ਨਾ ਦਿੱਤਾ ਤੇ ਮੈਂ ਇਸ ਮਹੱਲੇ ਚ ਕੱਲਾ ਜ਼ਰੂਰ ਹਾਂ ਮੇਰੇ 20 ਭਰਾ ਨੇ 20 ਮੇਰੇ ਭਰਾ ਨੇ ਤੇ